सलमान ने कहा कटरीना के कान में शूज लेने जाएंगे शू विले की दुकान में। भाई प्रॉपर हो गए बंदे ने होए बूट भाई बूट नहीं टूटेगा बंदे ने पावे पूरे रोके कहने भाई मारा बंदा पावे तो फीलिंग लवे उच्ची उच्चियां ने गल्ला तेरे यार यार दियां बस साडा मोदी वाला इन विच में पीस भाई बिल्कुल फ्लैट 1500 रुपए दे भाई बूट पान चप्पलां दी रेंज भाजी इस मार्केट 1300 रुपए लोग चप्पल बेचते हैं आप 1300 का बूट दे रहे भाई आप हीरे पनीर वांगू नहीं कहते आ गया हीरा छा गया हीरा खा गया हीरा ओनी गल करनी ਅਸੀਂ ਆਪਣੀ ਚੀਜ਼ ਵੇਚਣੀ ਆ ਪੂਰੀ ਆਖੋ ਭਾਜੀ ਆਪਣੇ ਵੀਰ ਭਰਾ ਬਾਹਰ ਜਾਂਦੇ ਸਾਡੇ ਕੋਲ ਸਾਰੀ ਸ਼ੋਪਿੰਗ ਕਰਕੇ ਉਹਨਾਂ ਨੂੰ ਪ੍ਰੋਪਰ ਹੋਰ ਲੈਸ ਦੇਵਾਂਗੇ ਭਾਜੀ ਜਿਹੜੇ ਬਾਹਰ ਜਾਂਦੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬੈਠੇ ਆ ਉਹਨਾਂ ਨੂੰ ਆਪਾਂ ਹੋਰ ਲੈਸ ਦੇਵਾਂਗੇ ਇਸ ਕਰਕੇ ਤੁਹਾਡੀ ਵੀਡੀਓ ਰੈਸ ਵੀ ਤੁਹਾਨੂੰ ਦੱਸ ਦਿੰਦੇ ਆ ਸ਼ੌਪ ਦਾ ਨਾਮ ਹੀ ਦੱਸ ਦਿੰਦੇ ਆ ਠੀਕ ਆ ਤੇ ਵੀਡੀਓ ਪੂਰੀ ਵੇਖੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫੇਸਬੁੱਕ ਤੇ ਫੋਲੋ ਕਰਨਾ ਨਾ ਭੁੱਲਿਓ ਇਹਦੇ ਵਿੱਚ ਨਾਲ ਨਾਲ ਆਪਾਂ ਦੱਸ ਦਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਕਿਹੜੇ ਕਿਹੜੇ ਮਾਡਲ ਆ ਕੀ ਕੀ ਪ੍ਰਾਈਜ਼ ਆ ਠੀਕ ਆ ਕਿੱਥੋਂ ਸ਼ੁਰੂ ਹੁੰਦੇ ਕਿੱਥੇ ਖਤਮ ਹੁੰਦੇ ਆ ਤੇ ਆਓ ਚੱਲੀਏ ਆਪਾਂ ਵੀ ਨਾਲ ਗੱਲ ਕਰਦੇ ਜਾ ਕੇ ਸੋ ਮਿੱਤਰੋ ਆਪਾਂ ਮਿਲਦੇ ਆ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਹੋਰ ਠੀਕ ਆ ਬਹੁਤ ਵਧੀਆ ਵੀਰ ਜੀ ਕੀ ਨਾਮ ਵੀਰ ਜੀ ਆਪਣਾ ਆਪਣਾ ਨਾਮ ਗੁੱਡ ਨੇਮ ਭਾਈ ਸੌਰਵ ਵੀਰ ਜੀ ਸੌਰਵ ਜੀ ਸੋ ਆਪਣੇ ਦਰਸ਼ਕਾਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਉਹ ਵੀਰ ਜੀ ਕੀ ਹਾਲ ਚਾਲ ਠੀਕ ਠਾਕ ਵੀਰ ਜੀ ਸਾਰੇ ਮੇਰੇ ਵੀਰ ਭਰਾ ਵੀਰ ਜੀ ਤੇ ਆਪਣਾ ਐਡਰੈਸ ਦੱਸ ਦਿਓ ਵੀਰ ਜੀ ਸਾਡਾ ਐਡਰੈਸ ਹੈਗਾ ਵਾ ਨੀਅਰ ਨਿੱਕਾ ਸਿੰਘ ਕਲੋਨੀ ਭਾਜੀ ਖਾਲਸਾ ਕੋਲੇ ਰੋਡ ਮੇਨ ਆਪਣਾ ਕੈਂਟ ਨੂੰ ਜਾਂਦਾ ਰੋਡ ਭਾਜੀ ਦੂਜੀ ਚੀਜ਼ ਦੀ ਦੁਕਾਨ ਆਪਣੀ ਹੈਗੀ ਹੈ ਸ਼ੂ ਵਿਲਾ ਭਾਜੀ ਗਾਰਡਨਾਂ ਵਾਲੀ ਗਲੀ ਭਾਜੀ ਸੋ ਵੀਰ ਜੀ ਆਪਾਂ ਨੂੰ ਦਿਖਾਓ ਕਿਹੜੇ ਕਿਹੜੇ ਆਪਣੇ ਕੋਲ ਸ਼ੂਜ਼ ਆ ਆਜੋ ਵੀਰ ਜੀ ਹਾਂਜੀ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਤੁਹਾਨੂੰ ਵੈਰਾਈਟੀ ਉਹ ਮਿਲੇਗੀ ਭਾਜੀ ਜਿਹੜੀ ਸਾਰੇ ਅੰਮ੍ਰਿਤਸਰ ਆਪਣੇ ਇਲਾਕੇ 'ਚ ਕਿਤੇ ਨਹੀਂ ਮਿਲੇਗੀ ਭਾਜੀ ਉਹ ਵੀ ਬਿਲਕੁਲ ਘੱਟ ਰੇਟਾਂ ਦੇ ਵਿੱਚ ਅੱਛਾ ਜੀ ਇਸ ਤਰ੍ਹਾਂ ਤੁਹਾਨੂੰ ਪਹਿਲਾਂ ਮਿਲ ਜਾਏਗਾ ਭਾਜੀ ਜੋਰਡਨ ਦਾ ਸ਼ੂਜ਼ ਬਿਲਕੁਲ ਘੱਟ ਰੇਟ ਦੇ ਵਿੱਚ ਓਨਲੀ 1400 ਰੁਪਏ ਦਾ ਭਾਜੀ ਕੀ ਬਾਤ ਹੈ ਕੁਆਲਿਟੀ ਦੇਖੋ ਭਾਜੀ ਤੁਹਾਨੂੰ ਇੱਥੇ ਮਿਲ ਜਾਣਗੇ ਦੋ ਕਲਰ ਵੀਰ ਜੀ ਠੀਕ ਹੈ ਜੀ ਦੇਖੋ ਭਾਜੀ ਆ ਚੈੱਕ ਕਰੋ ਯਾਰ ਬਹੁਤ ਵਧੀਆ ਕੁਆਲਿਟੀ ਬਿਲਕੁਲ ਘੱਟ ਰੇਟਾਂ ਦੇ ਵਿੱਚ ਭਾਜੀ ਤੁਹਾਨੂੰ ਮਿਲੇਗੀ ਠੀਕ ਹੈ ਜੀ ਓਕੇ ਇਹ ਹੋਰ ਨੈਕਸਟ ਹੋਰ ਤੁਹਾਨੂੰ ਜਿਸ ਤਰ੍ਹਾਂ ਮਿਲ ਜਾਣਗੇ ਭਾਜੀ ਸਭ ਤੋਂ ਫੇਮਸ ਆਰਟੀਕਲ ਭਾਜੀ ਐਡੀਡਾਸ ਦਾ ਅੱਛਾ ਜੀ ਬਹੁਤ ਵਧੀਆ ਕੁਆਲਿਟੀ ਹੈਗੀ ਭਾਜੀ ਇਹਦੀ ਚੈੱਕ ਕਰੋ ਵੀ ਬਿਲਕੁਲ ਘੱਟ ਰੇਟ 1200 ਰੁਪਏ ਦੀ ਰੇਂਜ ਚ ਤੁਹਾਨੂੰ ਮਿਲ ਜਾਏਗਾ ਭਾਜੀ ਆਰਟੀਕਲ ਸਿਰਫ 1200 ਭਾਜੀ 1200 ਰੇਂਜ ਤੇ ਤੁਹਾਨੂੰ ਮਿਲ ਜਾਣਗੇ ਭਾਜੀ ਐਡੀਓਕਸ ਟ੍ਰੇਸਰ ਦੇ ਭਾਜੀ ਅੱਛਾ ਜੀ ਓਨਲੀ 1200 ਦੇ ਵਿੱਚ ਭਾਜੀ ਕੀ ਤੁਹਾਨੂੰ ਇਹਦੇ ਵਿੱਚ 6 ਕਲਰ ਮਿਲ ਜਾਣਗੇ ਭਾਜੀ ਆਪਣੇ ਕੋ ਲੋ ਵੀਰ ਜੀ ਸਾਰੀ ਮਾਰਕੀਟ ਨੂੰ ਆਪਾਂ 40 ਪ੍ਰਾਈਸ ਆ ਲੋ ਭਾਜੀ ਬੁਲਬੁਲ ਦਾ ਬੱਚਾ ਭਾਜੀ ਕੀ ਬਾਤ ਹੈ ਲੋ ਵੀਰ ਜੀ ਭਾਈ ਇਹ ਸ਼ੂਜ਼ ਵੇਖੋ ਤੁਸੀਂ ਤੁਹਾਨੂੰ ਇਹ ਦੇਖੋ ਸ਼ੂਜ਼ ਭਾਜੀ ਹਾਂਜੀ ਇਹ ਸ਼ੂਜ਼ ਦੀ ਕੁਆਲਿਟੀ ਤੁਹਾਨੂੰ ਮੈਂ ਦੱਸਣ ਲੱਗਾ ਜੀ ਸਲਮਾਨ ਨੇ ਕਿਹਾ ਕਟਰੀਨਾ ਦੇ ਕਾਨ ਮੇ ਸ਼ੂਜ਼ ਲੈਣੇ ਜਾਏਗੇ ਸ਼ੂ ਵਿਲੇ ਕੀ ਦੁਕਾਨ ਮੇ ਭਾਈ ਪ੍ਰੋਪਰ ਗਾਰੰਟੀ ਹੈ ਸ਼ੂਜ਼ ਦੀ ਅੱਛਾ ਜੀ ਕਦੀ ਟੁੱਟੇਗਾ ਨਹੀਂ ਠੀਕ ਹੈ ਤੇ ਬਾਜ਼ਾਰ ਨਾਲੋਂ ਰੇਟ ਵੀ ਤੁਹਾਨੂੰ ਰੀਜ਼ਨੇਬਲ ਮਿਲੇਗਾ ਭਾਜੀ ਇਹਦੀ ਗਾਰੰਟੀ ਹੈ ਸਾਡੀ ਬਾਕੀ ਮਾਰਕੀਟ 'ਚ ਚੈਲੰਜ ਹੈ ਸਾਡਾ ਅੱਛਾ ਜੀ ਸਾਡੇ ਵਰਗੀ ਵੈਰਾਈਟੀ ਸਾਰੀ ਬਾਜ਼ਾਰ 'ਚ ਕਿਸੇ ਕੋ ਵੀ ਨਹੀਂ ਜਾਏਗੀ ਸੁਣ ਲਓ ਬਈ ਸੁਣ ਲਓ ਇਹ ਆਪਾਂ ਤੁਹਾਨੂੰ ਨਹੀਂ ਨਹੀਂ ਭਾਈ ਇਹ ਗੱਲ ਸੁਣਨ ਵਾਲੀ ਨਹੀਂ ਹੈ ਆਪਾਂ ਤੁਹਾਨੂੰ ਦੱਸਣੀ ਹੈ ਕਿ ਇਹ ਵਾਕਈ ਆਪਾਂ ਨੂੰ ਗਾਰੰਟੀ ਭਾਈ ਠੀਕ ਹੈ ਹਰ ਬੰਦਾ ਜਿਹੜਾ ਬੰਦਾ ਭਾਈ ਇੰਨੇ ਕੰਫੀਡੈਂਸ ਨਾਲ ਗਿੰਦਾ ਨਾ ਸਾਡੇ 'ਚ ਕੰਫੀਡੈਂਸ ਓਵਰ ਕੰਫੀਡੈਂਸ ਆ ਕਿ ਸਾਡੀ ਚੀਜ਼ ਪ੍ਰੋਪਰ ਸਹੀ ਨਿਕਲੇਗੀ ਭਾਈ ਜਿੱਦਾਂ ਮਰਜ਼ੀ ਦੀ ਯੂਜ਼ ਕਰੋ ਭਾਈ ਇਹ ਭਾਈ ਦੁਕਾਨ ਵਾਲਾ ਆਪਣੇ ਵੀਰਾਂ ਦੀ ਇਹਨਾਂ ਦੀ ਕੰਫੀਡੈਂਸ ਵੇਖ ਲਓ ਵੀ ਇਹਨਾਂ ਦੱਸਣ ਦੇ ਨਾਲ ਵੀਡੀਓ 'ਚ ਲਾਈਵ ਵੀ ਆਪਣੇ ਟੁੱਟਣ ਰੱਟਣ ਵਾਲੀ ਕੋਈ ਗੱਲ ਨਹੀਂ ਜਾਂ ਕਿੱਦਾਂ ਹੈ ਨਾ ਜਿਵੇਂ ਨਕਲੀ ਸ਼ੂਜ਼ ਸਾਜ ਨਹੀਂ ਹੈਗੇ ਉਹ ਗੱਲ ਹੀ ਨਹੀਂ ਗਈ ਭਾਈ ਕੋਈ ਹੁੰਦੀ ਆ ਦੇਖੋ ਭਾਈ ਇਹ ਵੈਰਾਈਟੀ ਬਾਜ਼ਾਰ 'ਚ ਕਿਸੇ ਕੋ ਵੀ ਨਹੀਂ ਜਾਏਗੀ ਭਾਈ ਅੱਛਾ ਜੀ ਆਪਾਂ ਤੁਹਾਨੂੰ ਫੁੱਲ ਚੈਲੰਜ ਆ ਭਾਈ ਤੇ ਫਸਟ ਕਾਪੀ ਰੇਟ ਦਾ ਵੀ ਚੈਲੰਜ ਹੈ ਆ ਰੇਟ ਵੀ ਬਸ ਰੀਜ਼ਨੇਬਲ ਹੋਏਗਾ ਮਾਰਕੀਟ 'ਚ 40 ਕੀ ਰੇਟ ਆ ਹਾਂ ਭਾਈ ਕੋਈ ਵੀ ਨਹੀਂ ਦੇ ਸਕਦਾ ਮੈਂ ਕਿਹਾ ਭਾਈ ਤੂੰ ਟੈਨਸ਼ਨ ਹੀ ਨਾ ਲੋ ਰੇਟ ਦੀ ਆ ਦੇਖੋ ਭਾਈ ਇਹ ਜੇ ਬੋਲ ਬੋਲ ਦਾ ਬੱਚਾ ਭਾਈ ਕੀ ਬਾਤ ਹੈ ਇਹ ਭਾਈ ਬੂਟ ਦੇ ਇੱਕ ਹੋਰ ਇਹਦੇ ਵਿੱਚ ਇੱਕ ਗਾਲੀ ਵੀ ਨੇ ਸ਼ੇਅਰ ਕਰਾਇਆ ਜੀ ਭਾਈ ਕੀ ਜੀ ਕਹਿੰਦਾ ਯਾਰ ਯਾਰੀ ਉੱਥੇ ਲਾਈਏ ਜਿੱਥੇ ਯਾਰੀ ਨੇ ਮੌਨ ਦੀ ਖਿੱਚ ਹੋਵੇ ਖਿੱਚ ਹੋਵੇ ਇਧਰੋਂ ਮੈਂ ਨਿਕਲਾਂ ਉਧਰੋਂ ਤੂੰ ਨਿਕਲੇ ਮੁਲਾਕਾਤ ਗਲੀ ਦੇ ਵਿੱਚ ਹੋਵੇ ਸੀਨੇ ਖੰਜਰ ਵੱਜਣ ਦੋ ਤੇ ਦਰਦ ਇੱਕ ਹੋਵੇ ਗੁਲਾਮ ਫਰੀਦਾ ਯਾਰੀ ਉੱਥੇ ਲਾਈਏ ਜਿੱਥੇ ਲਾਸ਼ਾਂ ਦੋ ਡਿੱਗਣ ਉਹ ਬੂਟ ਇੱਕ ਹੋਵੇ ਭਾਈ ਸੱਚਾਈ ਨਹੀਂ ਨਹੀਂ ਭਾਈ ਆਪਾਂ ਸੋ ਤੁਹਾਨੂੰ ਉਹ ਵੀ ਗੱਲ ਹੀ ਨਹੀਂ ਕੀਤੀ ਭਾਈ ਠੀਕ ਹੈ ਜੀ ਠੀਕ ਅੱਗੇ ਭਾਈ ਦੀ ਆਹ ਚੀਜ਼ ਦੇਖੋ ਆ ਵੀ ਵੇਖੋ ਭਾਈ ਹਾਂਜੀ ਇਹ ਭਾਈ ਤੁਸੀਂ ਜੇ ਬੂਟ ਹੈਗਾ ਨਾ ਇੱਥੇ ਵੀ ਇੱਕ ਸ਼ੇਕ ਆਇਆ ਗਿਆ ਜੀ ਇੱਥੇ ਗਾਲ ਬਨੇ ਗਾਤਾ ਇੱਥੇ ਗਾਲ ਬਨੇ ਆਇਆ ਜੀ ਅੱਛਾ ਇਰਸ਼ਾਦ ਇੱਥੇ ਤੁਹਾਨੂੰ ਉਹ ਹੀ ਸੁਣੋ ਜੀ ਉਹ ਕਹਿੰਦਾ ਕਿ ਆਮ ਲਫਜ਼ਲ ਸੀਨਾ ਤਪ ਕੇ ਮੇਰਾ ਤੰਦੂਰ ਹੋਇਆ ਕੁਝ ਲੋਕਾਂ ਨੇ ਮੈਨੂੰ ਰੋਲ ਦਿੱਤਾ ਕੁਝ ਯਾਰ ਅੱਖਾਂ ਤੋਂ ਦੂਰ ਹੋਇਆ ਓਏ ਹੋਏ ਹੋਏ ਇੱਕ ਸ਼ੀਸ਼ਾ ਰੱਖਿਆ ਸੀ ਯਾਰ ਵੇਖਣ ਨੂੰ ਉੱਥੋਂ ਦੇਖ ਕੇ ਚੂਰ ਹੋਇਆ ਗੁਲਾਮ ਫਰੀਦਾ ਰੁਕੀ ਹੱਸ ਕੇ ਯਾਰ ਬਣਾ ਲੈਂਦੇ ਸਾਡਾ ਰੋਣਾ ਵੀ ਨਾ ਮਨਜ਼ੂਰ ਹੋਇਆ ਭਾਈ ਆਪਾਂ ਚੀਜ਼ ਦੀ ਗਰੰਟੀ ਤੇ ਰੋ ਰੋ ਕੇ ਬੰਦਾ ਡਾਵੇ ਬੂਟ ਭਾਈ ਬੂਟ ਨਹੀਂ ਟੁੱਟੇਗਾ ਬੰਦੇ ਦੇ ਭਾਵੇਂ ਅਥਰੂ ਰੋ ਕੇ ਜਾਣ ਟੁੱਟ ਜਾਣ ਜੋ ਮਰਜ਼ੀ ਹੋ ਜੇ ਤੁਹਾਡਾ ਬੂਟ ਨਹੀਂ ਟੁੱਟੇਗਾ ਭਾਈ ਇੰਨੀ ਗਰੰਟੀ ਹੈ ਚੀਜ਼ ਭਾਈ ਬੰਦਾ ਟੁੱਟ ਜਾਊਗਾ ਬੂਟ ਨਹੀਂ ਟੁੱਟੂਗਾ ਬੂਟ ਨਹੀਂ ਟੁੱਟੂਗਾ ਉਹ ਤਾਂ ਜਜ਼ਬਾਤ ਤੇ ਟੁੱਟ ਜਾਣਗੇ ਉਹ ਪਾ ਕੇ ਪੈਰਾਂ 'ਚ ਜਿੰਨੀ ਮਰਜ਼ੀ ਮਿਹਨਤ ਕਰੇ ਦਿਨ ਮਾੜੇ ਚੰਗੇ ਇਹ ਹੰਡਾਉਣਗੇ ਇਹ ਹੰਡਾਏਗੀ ਚੀਜ਼ ਸਾਡੀ ਹੰਡਾਉ ਮਾੜੇ ਚੰਗੇ ਦਿਨ ਹੰਡਾਏਗੀ ਚੀਜ਼ ਭਾਈ ਸਾਡੀ ਯਾਰ ਆਪਾਂ ਲਾਣਿਆਂ ਦੀ ਵੇਖ ਲਓ ਭਾਈ ਆਪਾਂ ਤੁਹਾਨੂੰ
बूट 1300 रुपए का सिर्फ 1300 रुपए का मैं कहना पूरी मार्केट दे विच भाई आ तुहानू बूट 2500 3000 को थले कि देना ही नहीं भाई सही गल ते मैं तुहानू बूट जिहड़ा आपां देना ना भाई बूट की पा के भाई की फीलिंग लैनी है भैं उच्ची फीलिंग अही कहने भाई माड़ा बंदा पावे फीलिंग लवे उच्ची उच्चिया ने गल्ला तेरे यार यार दियां बस साडा मोदी वाला हाल नहीं है कि भाई अही भैं चप्पला पवा के अही जहाज चढ़ाना आपां ओह नहीं ना आपां कहने साडे बूट पाण चप्पलां दी रेंज च भाई इस मार्केट दे विच 1300 रुपए दी लोकी चप्पल वेचदे आ ते आपां भैं 1300 दा बूट दे रहे भाई ओह भी गरंटी गरंटी बूट नहीं खराब होएगा भाई जिद्दां मर्जी पाओ भाई जिद्दां मर्जी हंडाओ इहनूं ए सारे बूटा दे भाई कोई ना कोई शेर लिखिया है सारे दे लिखिया है ए टू जेड अच्छा जी मैं कहा तुसीं भाई ओके रिपोर्ट एक इत्ते हां लो भाई एक इत्ते शेर इत्ते शेर भाई इत्ते शेर के सुनो भाई और इत्ते शेर बहुत जबरदस्ती है मजनू को कहा तेरी लैला रंग दी काली है तो मजनू ने जवाब दिता तेरी अख नहीं वेखन वाली है गीता भी चिट्टी कुरान भी चिट्टी भी शाही परती काली है गुलाम फरीदा नखा लड़िया फिर की गोरी है की काली है भाई यह बूट का हिसाब है जिन्हें इन्हू वेख लिया ना लोगों ने ना ए आई मतलब कि जो भी अक्षर लिखे है बड़े होर तरह आउट लगते पर जिदा दिल इतने आ गया ना तो फिर रंग की कोई टेंशन ही नहीं है चीज है भाई अपना चीज भाई सारी यूनीक रखी गई है क्या बात है ना कहना भाई वो चीज नहीं रखी है कि मतलब ए ते भाई होगी नॉर्मल रेंज हूं तुम्हें मैं वधिया रेंज दिखाना भाई हूं आ देखो अपर रेंज आ गई भाई तुम्हारी आ शूज भाई ओदा है 8000-9000 का लेकिन आप 2800 रुपए का लावांगे भाई अच्छा जी एदे विच भी भाई क्वालिटी इच भी एक शेर हैगा जी इंदा पत्थर जहन गुलाब नहीं हुंदे क्या बात है कोरे कागज किताब नहीं हुंदे जिथे लालिए यारी बुलिया उथे हिसाब किताब नहीं हुंदे आपां हिसाब किताब रखे ही नहीं शूज दे विच ठीक है जी ठीक है आ वेख लो भाई 2 मिनट मेरा वीर जी बाकी जेड़ा वीर आ वीडियो वेख के आएगा वीर दी वीडियो उनां स्पेशल डिस्काउंट मिलेगा भाजी ए तने शू मिलेगा ओनली 2200 रुपए दा भाजी फुल चैलेंज भाजी ओनली 2200 दा हां जी भाजी ਉਹ ਵੀ ਨਾਈਕੀ ਦਾ ਭਾਜੀ ਕੀ ਬਾਤ ਹੈ ਟ੍ਰੈਵਿਸ ਸਕੋਟ ਭਾਜੀ ਲਓ ਬਈ ਇਹ ਸ਼ੇਅਰ ਵਾਲੀ ਗੱਲ ਹੋ ਗਈ ਨਾ ਸ਼ੇਅਰ ਸੁਣ ਕੇ ਵੀ ਇੰਨੇ ਹੋ ਕੋਈ ਹਿਸਾਬ ਕਿਤਾਬ ਨਹੀਂ ਯਾਰਾਂ ਦੇ ਕੋਈ ਹਿਸਾਬ ਕਿਤਾਬ ਵੀ ਨਹੀਂ ਹੁੰਦੇ ਭਾਜੀ ਨਾਰਾਜ਼ ਨਹੀਂ ਜਾਣ ਦੇਣਾ ਕੋਈ ਵੀਰ ਵੀ ਆਇਆ ਉਹਨੂੰ ਆਪਾਂ ਸ਼ੂਜ਼ ਦੇ ਕੇ ਭੇਜਾਂਗੇ ਠੀਕ ਹੈ ਬਾਕੀ ਭਾਜੀ ਤੁਹਾਨੂੰ ਦਵਾਂਗੇ ਆਪਾਂ ਨਾਈਕੀ 에ਅਰਫੋਰਸ ਜਿਹੜਾ ਨਾਮ ਤੇ ਸ਼ੂ ਵੇਖਦਾ ਭਾਜੀ ਤੁਹਾਨੂੰ ਦਵਾਂਗੇ ਸਿਰਫ ਓਨਲੀ 1800 ਰੁਪਏ ਦਾ ਭਾਜੀ ਸਿਰਫ 1800 ਰੁਪਏ ਦਾ ਨਾਈਕੀ ਦਾ ਜੈਨੂਇਨ ਹੋਏਗਾ ਭਾਜੀ ਕੁਆਲਿਟੀ ਵੀ ਪੂਰੀ ਵਧੀਆ ਭਾਜੀ ਓਕੇ ਰਿਪੋਰਟ ਚੀਜ਼ ਹੋਏਗੀ ਭਾਜੀ ਸਿਰਾ ਚੀਜ਼ ਹੋਏਗੀ ਠੀਕ ਹੈ ਭਾਜੀ ਇੱਕ ਤੁਹਾਨੂੰ ਇਹ ਚ ਕਲਰ ਆਪਸ਼ਨ ਮਿਲ ਜਾਏਗੀ ਭਾਜੀ ਗੱਲੋ ਅਭੀ ਕਲਰ ਬਹੁਤ ਸੋਹਣਾ ਯਾਰ ਇਹ ਤੁਹਾਨੂੰ ਦੇ ਦਾਂਗੇ ਸਿਰਫ 2500 ਰੁਪਏ ਦਾ ਭਾਜੀ ਕੀ ਬਾਤ ਕੁਆਲਿਟੀ ਦੇਖੋ ਭਾਈ ਸ਼ੂ ਦੀ ਠੀਕ ਹੈ ਜੀ ਬਾਕੀ ਤੁਹਾਨੂੰ ਇਸ ਤੋਂ ਬਾਅਦ ਮਿਲ ਜਾਣਗੇ ਨਾਈਕੀ 에ਅਰ ਜੋਰਡਨ ਭਾਜੀ ਜੋ ਨਾਮ ਤੇ ਵੇਖਦੇ ਐਸ ਵੀ ਡੰਕ ਇਹ ਤੁਹਾਨੂੰ ਸਿਰਫ ਮਿਲ ਜਾਏਗਾ ਭਾਜੀ ਓਨਲੀ 2400 ਰੁਪਏ ਦਾ ਭਾਜੀ ਲੈਦਰ ਕੁਆਲਿਟੀ ਹੋਏਗਾ ਕੋਈ ਕੁਆਲਿਟੀ ਚੈੱਕ ਕਰੋ ਚੀਜ਼ ਦੀ ਭਾਜੀ ਫਿਨਿਸ਼ਿੰਗ ਚੈੱਕ ਕਰੋ ਭਾਜੀ ਚੀਜ਼ ਦੀ ਫਿਨਿਸ਼ ਠੀਕ ਹੈ ਲੋ ਵੀਰ ਜੀ ਇਹ ਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਏਗੀ ਭਾਜੀ ਆ ਦੇਖੋ ਬੁਲਬੁਲ ਦੇ ਬੱਚੇ ਹੈਗੇ ਭਾਜੀ ਬਿਲਕੁਲ ਦੇਖੋ ਭਾਈ ਚੈੱਕ ਕਰੋ ਭਾਈ ठीक है भाजी बिल्कुल लाइट वेट शूज आ गए भाजी चीज भी वधिया आ गई ओकर पोर्ट चीज आ गई क्वालिटी वधिया आ गई भाजी पूरी तुहानू इस तो बाद तुहानू मिल जाएंगे भाई नाइकी कोटेज क्या बात है इहदे च तुहानू कलर ऑप्शन मिल जाएगी भाजी आ देखो भाजी ਇਹਨਾਂ ਦਾ ਕੀ ਪ੍ਰਾਈਸ ਦਾ ਇਹ ਤੁਹਾਨੂੰ ਦੇਦਾਂਗੇ ਸਿਰਫ 2200 ਰੁਪਏ ਦਾ ਭਾਜੀ ਸਿਰਫ 2200 ਰੁਪਏ ਦਾ ਭਾਜੀ ਮੈਨਾਂ ਚਾਰਜਿੰਗ ਪ੍ਰਾਈਸ ਆ ਇੱਧਰ ਆਪਣੇ ਅੰਮ੍ਰਿਤਸਰ ਏਰੀਏ ਚ ਇੱਕ ਆਹ ਕਲਰ ਮਿਲ ਜਾਏਗਾ ਭਾਜੀ ਕਿਤੇ ਨਹੀਂ ਮਿਲਣੇ ਉਸ ਤੋਂ ਬਾਅਦ ਮਿਲ ਜਾਏਗਾ ਸੁਪਰ ਸਟਾਰ ਭਾਜੀ ਸੁਪਰ ਸਟਾਰ ਦੇਖੋ ਭਾਜੀ ਸਾਰੇ ਕਲਰ ਲਾਈਨ ਸਰ ਲੱਗੇ ਭਾਜੀ ਆ ਚੈੱਕ ਕਰੋ ਸਾਰੇ ਆਰਟੀਕਲ ਸੋਹਣੇ ਭਾਜੀ ਇੱਕ ਬੂਟ ਲਓਗੇ ਤੁਹਾਨੂੰ ਪਤਾ ਜੀ 10 ਮੁੰਡੇ ਦੇਵਾਂਗੇ ਨਾਲ ਭਾਜੀ ਬੱਚੇ ਦੇਵਾਂਗੇ ਨਾਲ ਭਾਜੀ ਦੇਖੋ ਭਾਜੀ ਓਏ ਹੋਏ ਲਓ ਭਾਈ ਨਾਲ ਦਾ ਮੁੰਡੇ ਫ੍ਰੀ ਹਾਂਜੀ ਬਿਨਾ ਵਿਆਹ ਤੋਂ ਭਾਜੀ ਬਿਨਾ ਵਿਆਹ ਤੋਂ ਤੁਹਾਨੂੰ ਵਿਆਹ ਕਰਾਉਣ ਦੀ ਲੋੜ ਵੀ ਨਹੀਂ ਭਾਜੀ ਆਹ ਦੇਖੋ ਭਾਈ ਸਾਡੀ ਦੁਕਾਨ ਓਏ ਹੋਏ ਇਹ ਸ਼ੂਜ਼ ਦੀ ਵੀ ਕੁਆਲਿਟੀ ਹੈ ਭਾਜੀ ਕੀ ਬਾਤ ਹੈ ਇਹਦੇ ਵਿੱਚ ਇੱਕ ਸ਼ੇਅਰ ਹੈਗਾ ਉਹ ਕਹਿੰਦਾ ਗੁਨੇਗਾਰੋਂ ਕੋ ਤੂੰ ਨੇ ਦਿਆ ਇਤਨਾ ਬੇਗੁਨਾਹ ਵੀ ਚਲਾ ਉਠੇ ਹਮ ਵੀ ਗੁਨੇਗਾਰੋਂ ਮੇ ਹੈ ਜਿਹੜੇ ਬੰਦੇ ਸੋਚਦੇ ਨੇ ਕਿ ਅਸੀਂ ਇਹ ਤੂੰ ਨਹੀਂ ਖਰੀਦਣਾ ਇਹ ਉਹਨਾਂ ਲਈ ਸ਼ੂਜ਼ ਹੈਗਾ ਜੀ ਭਾਜੀ ਜਿਹੜੇ ਕਹਿੰਦੇ ਸਾਡੀ ਰੇਂਜ ਤੋਂ ਬਾਹਰ ਆ ਸਾਡੀ ਪਹੁੰਚ ਤੋਂ ਬਾਹਰ ਆ ਇਹ ਉਹਨਾਂ ਦੇ ਸ਼ੂਜ਼ ਹੈਗਾ ਭਾਜੀ ਹੈ ਆ ਦੱਸੋ ਭਾਈ ਪ੍ਰਾਈਜ਼ ਇਹਦਾ ਤੁਹਾਨੂੰ ਪ੍ਰਾਈਜ਼ ਦੇ ਦਾਂਗੇ ਓਨਲੀ ਭਾਈ 3500 ਰੁਪਏ ਦਾ ਭਾਜੀ ਸਿਰਫ 3500 ਰੁਪਏ ਦਾ ਭਾਜੀ ਤੁਹਾਨੂੰ ਕਲਰ ਮਿਲ ਜਾਣਗੇ ਭਾਜੀ ਚ ਸਾਰੇ ਕਲਰ ਬਿਲਕੁਲ ਸੋਹਣੇ ਕਲਰ ਭਾਜੀ ਮੈਂ ਨਾ ਉਦਾਂ ਵੈਸੇ ਓਰੀਜਨਲ ਪ੍ਰਾਈਜ਼ ਦਾ ਕਰਦਾ ਹਾਂ ਓਰੀਜਨਲ ਪ੍ਰਾਈਜ਼ ਹੈਗਾ ਇਹਦਾ 80000 ਰੁਪਏ ਦਾ ਬੂਟ ਕੀ ਬਾਤ ਹੈ ਵੇਖੋ ਜੀ ਸੁਣ ਲਓ
अपनी दुकान सब तो वधिया कलेक्शन सब तो सोहने आर्टिकल देखो भाई विंडो सारी लगे वीर जी आर्टिकल सारे नाम से विकन शू भाई जॉर्डन मिल जाएगा एयर मिल जाएगा भाई जो आर्टिकल को सारे अपने को वीर जी मिल जाएंगे भाजी ना भाई साडी किसी ना नाराजगी आ ना थोड़ा किसी ना गिला ये शूज लेना कहे ने हां जी आ ओनली फॉर शू विला क्या ओनली फॉर शू विला ठीक है जी देखो भाई आपा तुम जेडी भी चीज दसी है ना ए टू जेड ते प्रॉपर 100% सही दसी है एदे विच कोई भी ओ नहीं की चीज की आपा तुम कोई चीज नु भी आपा की गलत दस दे बे या गलत गाइड करांगे कस्टमर ना जो हाडी चीज आपा तुम दसियां वा ओही चीज आपा कस्टमर नु दवांगे भाई ठीक है सानू ओ कोई नहीं है भाई आपा अपनी सेल दे ऊपर डिपेंड होना की सेल आपा वधानी है जॉर्डन बहुत प्यारा शू भाजी क्वालिटी देखो वीर जी सब तो घट रेंज दे देंगे जॉर्डन भाजी सारी मार्केट तुम आ रेट नहीं मिलेगा तुम दे देंगे ओनली भाई 2700 रुपए का भाजी सिर्फ 2700 रुपए का क्वालिटी देखो भाजी शू दे ਇੰਨੇ ਤੇ ਭਾਈ ਕਿਸੇ ਦੇ ਘਰ ਵੀ ਨਹੀਂ ਜਿੱਥੇ ਇਹਨੇ ਬੂਟ ਤੇ ਬਣੇ ਭਾਜੀ ਦੇਖੋ ਤੁਸੀਂ ਕੀ ਬਾਤ ਹੈ ਦੇਖੋ ਭਾਜੀ ਕੁਆਲਿਟੀ ਦੇਖੋ ਭਾਈ ਚੀਜ਼ ਨਹੀਂ ਇਹ ਆਰਟੀਕਲ ਰਾਤ ਨੂੰ ਸਾਰਾ ਵਿੱਚ ਗਲੋ ਵੀ ਕਰੇਗਾ ਜਗੇਗਾ ਭਾਈ ਅੱਛਾ ਗਲੋ ਵੀ ਕਰਦਾ ਸਾਰਾ ਜਗੇਗਾ ਭਾਜੀ ਰਾਤ ਨੂੰ ਠੀਕ ਹੈ ਭਾਜੀ ਨਾਲ ਦੀ ਨਹੀਂ ਮਿਲਣ ਜਾਓ ਭਾਜੀ ਬੂਟ ਪਾ ਕੇ ਅੱਛਾ ਜੀ ਲਾਈਟਾਂ ਦੀ ਲੋੜ ਨਹੀਂ ਹਾਂ ਲਾਈਟਾਂ ਦੀ ਲੋੜ ਨਹੀਂ ਭਾਜੀ ਸੋ ਬ੍ਰਦਰ ਆਪਣੇ ਕੋ ਹਨਾ ਜੈਂਟਸ ਦੇ ਆਪਾਂ ਵਿਖਾਤੇ ਆ ਕਿਆ ਲੇਡੀ ਕੈਟਾਗਰੀ ਵੀ ਹੈਗੀ ਆਪਣੇ ਕੋ ਬਹੁਤ ਆਰਟੀਕਲ ਭਾਜੀ ਸਾਰੇ ਦੇਖੋ ਸਾਰੇ ਵਿੰਡੋ ਪੇ ਜੀ ਲੱਗੇ ਹੋਏ ਆ ਆਰਟੀਕਲ ਸਾਰੇ ਨਵੇਂ ਭਾਜੀ ਆਰਟੀਕਲ ਚੈੱਕ ਕਰੋ A to Z ਠੀਕ ਆ ਤੇ ਇਹਨਾਂ ਦਾ ਕੋਈ ਹਨਾ ਸੇਮ ਹੀ ਆ ਜਿਵੇਂ ਆਪਣਾ ਹਾਂਜੀ ਇਹ ਤੁਹਾਨੂੰ ਮਿਲ ਜਾਏਗਾ ਭਾਈ 2500 ਰੁਪਏ ਦਾ ਭਾਜੀ ਓਨਲੀ ਅੱਛਾ ਜੀ ਓਨਲੀ 2500 ਰੁਪਏ ਦਾ ਭਾਜੀ ਤੁਹਾਨੂੰ ਕਲਰ ਵੀ ਮਿਲ ਜਾਣਗੇ ਭਾਜੀ ਚ ਬਹੁਤ ਸੋਹਣੇ ਕਲਰ ਹੈਗਾ ਦੇਖੋ ਭਾਜੀ ਚੈੱਕ ਕਰੋ ਭਾਈ ਇਹ ਨਾ ਆਪਣੇ ਹਨਾ ਜਵਾਨ ਖੁਸ਼ ਹੋ ਜਾਣ ਤੇ ਆਪਣੀਆਂ ਬੀਬੀਆਂ ਭੈਣਾਂ ਨਾਰਾਜ਼ ਹੋ ਜਾਣ ਆਪਾਂ ਉਹਨਾਂ ਦਾ ਵੀ ਸਟਾਕ ਰੱਖਿਆ ਵੀਰਾਂ ਨੇ ਤੇ ਸੋ ਆਓ ਗ੍ਰੈਬ ਕਰੋ ਠੀਕ ਆ ਤੇ ਸਪੈਸ਼ਲ ਸਾਰੇ ਆਰਟੀਕਲ ਜੋ ਇੰਨੇ ਆਰਟੀਕਲ ਆ ਉਹ ਤੁਹਾਨੂੰ ਅੰਮ੍ਰਿਤਸਰ 'ਚ ਕਿਤੇ ਨਹੀਂ ਮਿਲਣੇ ਜਿੰਨੇ ਆਰਟੀਕਲ ਇਹਨਾਂ ਕੋਲ ਲੱਗੇ ਏ ਟੂ ਜੈਡ ਤੁਹਾਨੂੰ ਵਿਖਾਤੇ ਆ ਉਹਨੇ ਆਰਟੀਕਲ ਇਹਨਾਂ ਨੂੰ ਕਿਤੇ ਲੱਗਣੇ ਭਾਜੀ ਇੱਕ ਆਹ ਸ਼ੂਜ਼ ਦੀ ਗੱਲ ਕਰਨੇ ਸੀ ਇਹ ਭਾਜੀ ਇਹ ਬਿਲਕੁਲ ਲੈਸ ਤੇ ਲਾਏ ਭਾਜੀ ਆਰਟੀਕਲ ਵਾਲੇ 99 ਪੀਸ ਭਾਜੀ ਬਿਲਕੁਲ ਫਲੈਟ 1500 ਰੁਪਏ ਦੇ ਭਾਜੀ ਸਾਰੇ ਫਲੈਟ 1500 ਫਲੈਟ 1500 ਭਾਜੀ ਜਿਹੜਾ ਮਰਜ਼ੀ ਲੈ ਲਓ ਆਰਟੀਕਲ ਭਾਜੀ ਅੱਛਾ ਇਹਦੇ ਸਪੈਸ਼ਲ ਡਿਸਕਾਊਂਟ ਲਾਇਆ ਭਾਜੀ ਇਹ ਤੇ ਹੀ ਠੀਕ ਹੈ ਜੀ ਇਹ ਸਿਰਫ 1500 ਓਨਲੀ 1500 ਭਾਜੀ ਇਹਦੇ 'ਚ ਆਪਣੇ ਨੰਬਰ ਸਾਰੇ ਮਿਲ ਜਾਣਗੇ ਸਾਈ ਆਪਸ਼ਨ ਨਹੀਂ ਭਾਜੀ ਹੋਏਗੀ ਤੁਹਾਨੂੰ ਓਨਲੀ ਲੈਸ ਤੇ ਮਿਲਣਗੇ 99 ਪੀਸ ਹੋਣਗੇ ਭਾਜੀ ਅੱਛਾ ਜੀ ਸਾਰੇ ਆਰਟੀਕਲ ਸਿਲੈਕਟਡ ਹੋਣਗੇ ਭਾਜੀ ਦਾ ਸਾਈ ਆਪਸ਼ਨ ਖਤਮ ਹੋ ਜਾਏਗੀ ਸਾਈ ਆਪਸ਼ਨ ਖਤਮ ਜਿਹੜਾ ਜਿਹੜਾ ਇੱਕ ਰਹਿ ਗਿਆ ਉਹਨਾਂ ਦੇ ਆਪਸ਼ਨ ਹਨਾ ਉਹ ਆਪਣੇ ਸੇਲ 'ਚ ਹਾਂਜੀ ਹਾਂਜੀ ਭਾਜੀ ਡਿਸਕਾਊਂਟ ਦੇ ਭਾਜੀ ਕੀ ਬਾਤ ਹੈ ਜੀ ਠੀਕ ਹੈ ਜੀ ਚੈੱਕ ਕਰ ਲਓ ਬਈ ਆ ਸਾਰੇ ਤੁਸੀਂ ਆ ਕੇ ਲੈ ਕੇ ਜਾ ਸਕਦੇ ਜੀ ਠੀਕ ਹੈ ਜੀ ਸੇਲ ਲੱਗੀ ਆ ਤੇ ਕੁਝ ਦਿਨਾਂ ਦੇ ਵਿੱਚ ਹੀ ਤੁਸੀਂ ਖਤਮ ਕਰ ਦਿਓ ਆ ਵਾਲੀ ਠੀਕ ਆ ਲਾਈਨ ਸਾਰੀ ਸੋ ਦੋਸਤੋ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਤੇ ਵੀਡੀਓ ਲਾਈਕ ਕਰਨਾ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਇਦਾਂ ਦੀ ਵੀਡੀਓ ਤੁਹਾਡੇ ਲਈ ਹੋਰ ਲੈ ਕੇ ਆਉਂਦੇ ਰਵਾਂਗੇ ਤੇ ਹੁਣ ਆਪਾਂ ਨੂੰ ਜਾਇਜ਼ ਦਿਓ ਕਿੱਦਾਂ ਦੀ ਲੱਗੀ ਤੁਹਾਨੂੰ ਇਹ ਸ਼ੌਪ ਸ਼ੂ ਵਿਲਾ ਤੇ ਜ਼ਰੂਰ ਕਮੈਂਟ ਕਰਕੇ ਥੱਲੇ ਦੱਸਿਓ ਜੇ ਕੋਈ ਪਹਿਲਾਂ ਵੀ ਆਇਆ ਉਹ ਵੀ ਦੱਸਿਓ ਤੇ ਰੇਟ ਕਿੱਦਾਂ ਦੇ ਲੱਗੇ ਇਹਨਾਂ ਦੇ ਤੇ ਜਿਹਨੇ ਪਹਿਲਾਂ ਵੀ ਕੋਈ ਸ਼ੋਪਿੰਗ ਕੀਤੀ ਉਹ ਵੀ ਸਾਨੂੰ ਕਮੈਂਟ ਵਿੱਚ ਥੱਲੇ ਦੱਸਿਓ ਤੇ ਜੇ ਸ਼ੇਅਰ ਕਰਕੇ ਕੋਈ ਇੱਥੇ ਆਉਂਦਾ ਤਾਂ ਉਹ ਵੀਰਾ ਭਰਾਵਾਂ ਵੱਲੋਂ ਉਹ ਵੀ ਡਿਸਕਾਊਂਟ ਉਹ ਵੀ ਦਿੱਤਾ ਜਾਊਗਾ ਤੇ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਫੇਰ ਫੇਸਬੁੱਕ ਤੇ ਫੋਲੋ ਕਰਨਾ ਨਾ ਭੁੱਲਿਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਫਿਰ ਮਿਲਦੇ ਹਾਂ।